ਹਾਂਜੀ ਦੋਸਤੋ, ਅੱਜ ਤੁਹਾਡੇ ਲਈ ਆਪਾਂ ਇੱਕ ਹੋਰ ਸਾਗਵਾਨ ਦੀ ਲੱਕੜ ਵਾਲਾ ਬੈੱਡ ਤਿਆਰ ਕੀਤਾ ਹੈਗਾ। ਜਿਹੜਾ ਇਹ ਬੈੱਡ ਹੈਗਾ, ਇਹ ਜਿਹੜੀ ਇਹਨੂੰ ਲੱਕੜ ਦੇ ਉੱਤੇ ਜਿਹੜੀ ਆ ਕਢਾਈ ਕੱਢੀ ਹੋਈ ਹੈਗੀ, ਡਿਜ਼ਾਇਨ ਕੱਢਿਆ ਹੋਇਆ ਹੈਗਾ, ਇਹਨੂੰ ਹੀ ਕਾਰਵਿੰਗ ਕਹਿੰਦੇ ਨੇ। ਕਈ ਲੋਕ ਕਹਿੰਦੇ ਨੇ ਬਾਈ ਜੀ ਕਾਰਵਿੰਗ ਕੀ ਹੋਇਆ, ਕਿਹੜਾ ਹੁੰਦਾ ਕਾਰਵਿੰਗ ਵਾਲਾ ਬੈੱਡ, ਇਹਨੂੰ ਹੀ ਕਾਰਵਿੰਗ ਕਹਿੰਦੇ ਆ। ਇਹ ਕਾਫੀ ਹੈਵੀ ਡਿਜ਼ਾਇਨ ਕੱਢਿਆ ਹੋਇਆ ਹੈਗਾ। ਆਹ ਦੇਖੋ, ਇਹਦੇ ਜਿਹੜੀ ਲੱਕੜ ਲਾਈ ਹੈ, ਇਹ ਸਾਗਵਾਨ ਦੀ ਲੱਕੜ ਲਾਈ ਹੈ। ਆਹ ਰੇਸ਼ੇ ਦੇਖੋ, ਤੁਸੀਂ ਧਿਆਨ ਨਾਲ ਦੇਖੋ, ਇਹ ਦਿਖਦੇ ਹੋਣਗੇ ਸਾਰੇ ਰੇਸ਼ੇ ਰੇਸ਼ੇ ਨੇ ਇਹਦੇ ਵਿੱਚ ਸਾਗਵਾਨ ਦੀ ਲੱਕੜ ਦੇ ਉੱਤੇ ਜੀ। ਬਹੁਤ ਹੀ ਜ਼ਿਆਦਾ ਹੈਵੀ ਮੀਨਾਕਾਰੀ ਕਰੀ ਹੋਈ ਹੈ ਆਪਣੇ ਕੋਲ। ਜਿਹੜਾ ਇਹ ਕਾਰੀਗਰ ਹੈ, ਇਹ ਸਹਾਰਨਪੁਰ ਵਾਲਾ ਹੀ ਕਾਰੀਗਰ ਹੈਗਾ, ਉਹੀ ਇਹ ਬੈੱਡ ਤਿਆਰ ਕਰਦਾ ਹੈਗਾ। ਉਸ ਤੋਂ ਬਾਅਦ ਫਿਰ ਇਹਦੇ ਉੱਤੇ ਸਾਇਡ ਟੇਬਲ ਦੇਖੋ ਤੁਸੀਂ, ਸਾਇਡ ਟੇਬਲ ਦੇ ਉੱਤੇ ਵੀ ਮੈਨੇ ਸ਼ੀਸ਼ਾ ਰੱਖਿਆ ਹੋਇਆ। ਹਾਲਾਂਕਿ ਬਿਨਾਂ ਸ਼ੀਸ਼ੇ ਤੋਂ ਵੀ ਇਹ ਸਾਇਡ ਟੇਬਲ ਤੁਹਾਨੂੰ ਬੈੱਡ ਮਿਲ ਸਕਦਾ ਸੀ, ਪਰ ਇਹਦੇ ਸਾਇਡ ਟੇਬਲ ਉੱਪਰ ਸ਼ੀਸ਼ਾ ਰੱਖਿਆ ਹੋਇਆ, ਤਾਂ ਕਿ ਕਈ ਵਾਰ ਕੋਈ ਗਲਾਸ ਰੱਖ ਲਈਏ, ਕੁਛ ਰੱਖ ਦਈਏ, ਇਹ ਖਰਾਬ ਨਾ ਹੋਵੇ, ਪੋਲਿਸ਼ ਕਦੇ ਸਕਰੈਚ ਨਾ ਹੋਣ। ਇਸੇ ਕਰਕੇ ਇਹ 8 mm ਦਾ ਬਲੈਕ ਸ਼ੀਸ਼ਾ ਰੱਖਿਆ ਹੋਇਆ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਦਰਾਜ਼ ਆ ਗਿਆ। ਜਿਹੜਾ ਦਰਾਜ਼ ਆ, ਇਹਦੇ ਜਿਹੜਾ ਹਿਲਾਇਆ ਗਿਆ ਹੈਂਡਲ ਲਾਟੂ, ਬਹੁਤ ਹੀ ਸੋਹਣਾ ਲੱਗ ਗਿਆ ਜੀ ਇਹ ਨੋਬ ਜੀ। ਫਿਰ ਆਹ ਇੱਕ ਤਾਕੀ ਆ ਗਈ, ਠੀਕ ਹੈ ਜੀ। ਜਿਹੜਾ ਇਹਦੇ ਸਾਈਡ ਟੇਬਲ ਹੈ, ਉਹਦੇ 'ਤੇ ਵੀ ਆਹ ਦੇਖੋ ਕਿੰਨਾ ਸੋਹਣਾ ਪਿੱਲਰ ਬਣਾਇਆ ਹੋਇਆ ਹੈਗਾ, ਇਹਦੇ 'ਤੇ ਵੀ ਕਾਰਵਿੰਗ ਦਾ ਡਿਜ਼ਾਇਨ ਕੀਤਾ ਹੋਇਆ ਹੈਗਾ। ਆਹ ਦੇਖੋ ਜੀ, 2 ਪਿੱਲਰ ਬਣਾਏ ਨੇ। ਆਹ ਦੇਖੋ, ਤਾਕੀ ਆ ਗਈ, ਦਰਾਜ਼ ਆ ਗਿਆ, ਬਹੁਤ ਹੀ ਵਧੀਆ ਚੀਜ਼ ਬਣਾਈ ਹੋਈ ਹੈ। ਇੱਕ ਹੋਰ ਗੱਲ, ਜਿਹੜਾ ਇਹ ਬੈੱਡ ਬਾਕਸ ਬਾਕਸ ਬਣਿਆ ਹੋਇਆ, ਜਿਹੜੇ ਬਕਸੇ ਨੇ ਇਹਦੇ, ਜਿਹੜਾ ਇਹਦੇ 'ਤੇ ਆਹ ਗੋਲਾ ਲੱਗਿਆ ਹੋਇਆ ਹੈਗਾ, ਇਹ ਗੋਲਾ ਵੀ ਸਾਗਵਾਨ ਦੀ ਲੱਕੜ ਦਾ ਹੀ ਲੱਗਿਆ ਹੋਇਆ ਹੈਗਾ। ਜਿਹੜੀ ਇਹਦੇ ਸਾਈਡ ਤੇ ਜਿਹੜੀ ਟੀਕ ਪਲਾਈ ਲਾਈ ਹੋਈ ਹੈ, ਇਹ ਲੱਕੜ ਵਾਲੀ ਪਲਾਈ ਲਾਈ ਹੋਈ ਹੈ, ਨਾ ਕਿ ਗੱਤੇ ਵਾਲੀ ਪਲਾਈ ਲਾਈ ਹੋਈ ਹੈ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਵੀ ਆਪਾਂ ਬੈੱਡ ਲੈਤਾ ਸੀਗਾ ਲੱਕੜ ਦੇ ਪਾਲਿਸ਼ ਵਾਲਾ ਬੈੱਡ, ਵੀ ਉਹਦੀ ਆਹ ਜਿਹੜੀ ਸਾਈਡ ਵਾਲੀ ਪਲਾਈ ਖਰਾਬ ਹੋ ਗਈ, ਗੱਤਾ ਜਿਹਾ ਬਣ ਜਾਂਦਾ ਹੈਗਾ, ਰਫ ਜਿਹਾ ਹੋ ਜਾਂਦਾ ਹੈਗਾ, ਉਹ ਇਹੀ ਆ, ਉਹ ਗੱਤੇ 'ਤੇ ਹੀ ਪਾਲਿਸ਼ ਕੀਤੀ ਹੁੰਦੀ ਆ, ਠੀਕ ਹੈ। ਇਹ ਤਾਂ ਜਿਹੜੀ ਲੱਕੜ ਵਾਲੀ ਹੀ ਪਲਾਈ ਲਾਈ ਹੋਈ ਆ, ਆਹ ਵਾਲੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਪੈਰਾਂ ਵਾਲਾ ਡਿਜ਼ਾਇਨ ਦੇਖੋ, ਪੈਰਾਂ ਵਾਲਾ ਡਿਜ਼ਾਇਨ ਵੀ ਬਹੁਤ ਸੋਹਣਾ ਬਣਾਇਆ ਗਿਆ, ਇੱਥੋਂ ਹੀ ਇਹਦਾ ਡਿਜ਼ਾਇਨ ਚੱਕਿਆ ਹੈਗਾ। ਆਹ ਦੇਖੋ, ਆਹ ਵੀ ਫਿਰ ਫਿਲ ਫੁੱਲ ਵੇਲ ਬੂਟੀ ਸਾਰੇ, ਆਹ ਦੇਖੋ ਲੱਕੜ ਦੇ ਵਿੱਚ ਰੇਸ਼ਾ ਦੇਖੋ ਤੁਸੀਂ, ਠੀਕ ਹੈ। ਜਿਵੇਂ ਗੱਦੀ ਦਾ ਕਲਰ ਵਾਈਟ ਉੱਧਰ ਲੱਗਿਆ, ਉਵੇਂ ਵਾਈਟ ਇੱਥੇ ਲਾਇਆ। ਇੱਥੇ ਵਾਈਟ ਕਲਰ ਲਾ ਸਕਦੇ ਹਾਂ, ਬਰਾਊਨ ਕਲਰ ਲਾ ਸਕਦੇ ਹਾਂ, ਕਰੀਮ ਕਲਰ ਲਾ ਸਕਦੇ ਹਾਂ, ਜਿੱਦਾਂ ਤੁਹਾਡਾ ਮਨ ਕਰਦਾ। ਆਹ ਦੇਖੋ ਕਿੰਨਾ ਸੋਹਣਾ ਡਿਜ਼ਾਇਨ ਬਣਾਏਗਾ। ਇਹਦੇ ਵਿੱਚ ਸਟੋਨ ਲਾਏ ਨੇ, ਸਟੋਨ ਉੱਧਰ ਹੀ ਲਾਏ ਨੇ, ਠੀਕ ਹੈ ਜੀ। ਇਹਦੇ ਉੱਤੇ ਜਿਹੜੇ ਸਟੋਨ ਲਾਉਣ ਤੋਂ ਬਾਅਦ ਜਿਹੜੀ ਗੱਦੀ ਦੇ ਵਿੱਚ ਕੀ ਆ, ਕੁਲਟਿੰਗ ਕੀਤੀ ਆ, ਤਾਂ ਕਿ ਇਹ ਗੱਦੀ ਥੋੜ੍ਹੀ ਸੋਹਣੀ ਲੱਗੇ ਦੇਖਣ ਨੂੰ। ਇਹ ਫੋਮ ਹੀ ਲਾਈ ਆ, ਨਾ ਕਿ ਇਹ 'ਚ ਲਿਟ ਲਾਉਣ ਜਾਂ ਕੋਈ ਹੋਰ ਸ਼ੀਟ ਲਾਈ ਆ, ਪੋਲੀ ਆ ਜੀ ਇਹ। ਹੁਣ ਜਿਹੜਾ ਇਹ ਬੈੱਡ ਤੁਹਾਨੂੰ ਇੱਕ ਹੋਰ ਖਾਸੀਅਤ ਦਿਖਾਉਣਾ ਗਾ, ਆਹ ਦੇਖੋ ਉੱਧਰ ਵੀ ਜਿਹੜਾ ਸਾਈਡ ਟੇਬਲ ਆ, ਜਮਾਂ ਸੇਮ ਆ, ਉਹੀ ਪ੍ਰੋਸੈਸ, ਇਹਦੀ ਵੀ ਤਾਕੀ ਇੱਧਰ ਨੂੰ ਖੁੱਲਦੀ ਹੈਗੀ, ਠੀਕ ਹੈ ਜੀ। ਜਿਹੜਾ ਇਹ ਬੈੱਡ ਬਣਿਆ ਹੋਇਆ, ਇਹ 19 mm 'ਚ ਬਣਿਆ ਹੋਇਆ, ਆਹ ਦੇਖੋ 19 mm, ਤੇ ਆਮ ਬੈੱਡ ਦੇ ਨਾਲੋਂ ਇਹ ਜ਼ਿਆਦਾ ਡੂੰਘਾ ਬਣਿਆ ਹੋਇਆ, ਤਾਂ ਕਿ ਇਹਦੇ ਵਿੱਚ ਸਟੋਰੇਜ ਸਮਾਨ ਜ਼ਿਆਦਾ ਪਵੇ, ਠੀਕ ਹੈ ਜੀ। ਆਹ ਦੇਖੋ ਇਹਦੇ ਥੱਲਾ ਜਿਹੜਾ ਪਾਇਆ ਗਿਆ ਤਾਂ ਉਹ ਵੀ 19 mm ਦਾ ਪਾਇਆ, ਢੱਕਣਾ ਉਹ ਵੀ ਇਹਦਾ 19 mm ਦਾ ਵੀ, ਠੀਕ ਹੈ ਜੀ। ਲਓ ਜੀ, ਤੁਸੀਂ ਬੈੱਡ ਦਿਖਾ ਦਿਓ, ਬਹੁਤ ਹੀ ਸੋਹਣਾ ਬੈੱਡ ਬਣਿਆ ਹੈਗਾ। ਵੀਡੀਓ ਦੇਖਣ ਲਈ ਧੰਨਵਾਦ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇੱਦਾਂ ਦੀਆਂ ਹੋਰ ਫਰਨੀਚਰ ਦੀਆਂ ਵੀਡੀਓ ਦੇਖਣ ਲਈ ਧੰਨਵਾਦ ਜੀ, ਥੈਂਕ ਯੂ ਜੀ, ਓਕੇ।